ਅਸੀਂ ਵੀਰ ਜੀ ਇਹ ਮਤਲਬ ਵਿਰਸਾ ਜਦ ਤੋਂ ਇਹ ਅਸੀਂ ਇਹ ਖਤਮ ਹੀ ਨਹੀਂ ਸੀ ਹੁਣ ਦਿੱਤਾ ਅਸੀਂ ਮੈਨੂੰ ਤਾਂ 40 ਸਾਲ ਹੋ ਗਏ ਜਦ ਤੋਂ ਮੈਂ ਸੁਰਤ ਸੰਭਲੀ ਹੈ ਉਦੋਂ ਤੋਂ ਸਾਡੇ ਘਰ ਇਹ ਚੀਜ਼ਾਂ ਸੀਗੀਆਂ ਮੌਜੂਦ ਸੀ ਬਣਦੀਆਂ ਸੀ ਤਾਂ ਮੈਂ ਤਾਂ ਪਿਤਾ ਪੁਰਖ ਹੀ ਇਸ ਚੀਜ਼ ਨੂੰ ਗਾਂਹ ਤੋਰਿਆ ਮਤਲਬ ਇਹਨੂੰ ਮਿਸ ਨਹੀਂ ਕਰਿਆ ਜਿਵੇਂ ਆਪਾਂ ਮੈਂ ਜ਼ਮਾਨਾ ਬਦਲ ਗਿਆ ਗੱਡਿਆਂ ਦੇ ਸਾਨੂੰ ਟਰਾਲੀਆਂ ਆ ਗਈਆਂ ਪਰ ਅਸੀਂ ਗੱਡਿਆਂ ਵਾਲੇ ਹੀ ਰਹੇ ਹਾਂ ਅਸੀਂ ਇਸ ਚੀਜ਼ ਨੂੰ ਜਾਣੀ ਮਤਲਬ ਮਰਨ ਨਹੀਂ ਦਿੱਤਾ ਜਿਉਂਦੇ ਰੱਖਿਆ ਜਿਵੇਂ ਚਰਖੇ ਦੀ ਗੱਲ ਕੀਤੀ ਹੈ ਚਰਖਾ ਬਹੁਤ ਵਧੀਆ ਬਣਾਇਆ ਗਿਆ ਕੋਈ ਸਮਾਂ ਸੀ ਜਦੋਂ ਚਰਖੇ ਦੀ ਬਹੁਤ ਮਹੱਤਤਾ ਹੁੰਦੀ ਸੀ ਜੀ ਪਰ ਅੱਜ ਸਾਡੇ ਵਿੱਚੋਂ ਜਿਹੜਾ ਲੋਪ ਹੋ ਗਿਆ ਤੁਸੀਂ ਇੱਕ ਬਹੁਤ ਵਧੀਆ ਤਰੀਕੇ ਦਾ ਚਰਖਾ ਨਾਲ ਪੀੜਾ ਤਿਆਰ ਕੀਤਾ ਵਾ ਕੀ ਕਹਿਣਾ ਸੀ ਇਹ ਚਰਖਾ ਅਤੇ ਪੀੜਾ ਜੀ ਇਹ ਵੀਰ ਜੀ ਮੈਂ ਇਉਂ ਹਾਂ ਵੀ ਮੈਨੂੰ ਨਾ ਆਰਡਰ ਆਉਂਦੇ ਬਾਹਰੋਂ ਅਮਰੀਕਾ 'ਚੋਂ ਕੈਨੇਡਾ 'ਚੋਂ ਮਤਲਬ ਆਰਡਰ ਆਉਂਦੇ ਨੇ ਔਰ ਉਹਨਾਂ ਨੂੰ ਆਪਣੇ ਤਾਂ ਲੋਕ ਮਤਲਬ ਬਹੁਤ ਛੱਡ ਚੁੱਕੇ ਨੇ ਬਹੁਤ ਘੱਟ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਪਿਆਰ ਕਰਦੇ ਨੇ ਹਾਂ ਕਰਦੇ ਆ ਬਹੁਤ ਬੰਦੇ ਮੇਰੇ ਦੋਸਤ ਇਹੋ ਜਿਹੇ ਨੇ ਜਿਨ੍ਹਾਂ ਨੇ ਬਹੁਤ ਵਿਰਸਾ ਸਾਂਭਿਆ ਹੋਇਆ ਪੁਰਾਣੀਆਂ ਚੀਜ਼ਾਂ ਸਾਂਭੀਆਂ ਹੋਈਆਂ ਪਰ ਆਟੇ 'ਚ ਲੂਣ ਬਰਾਬਰ ਬਹੁਤ ਘੱਟ ਪਰ ਜਿਹੜੇ ਲੋਕ ਇੱਥੋਂ ਇਹ ਧਰਤੀ ਨੂੰ ਛੱਡ ਕੇ ਜਾ ਚੁੱਕੇ ਆ ਮਤਲਬ ਦੂਸਰੀਆਂ ਜਾ ਵੜੇ ਆ ਮਤਲਬ ਦੇਸ਼ਾਂ ਦੇ ਵਿੱਚ ਉਹ ਇਹ ਚੀਜ਼ਾਂ ਨੂੰ ਚਾਹੁੰਦੇ ਆ ਵੀ ਦੁਨੀਆ ਦੇ ਸਾਡਾ ਵਿਰਸਾ ਜਿਹੜਾ ਹੈਗਾ ਵੀ ਉਹ ਦੁਨੀਆ 'ਚ ਜਾਵੇ ਤਾਂ ਮੈਨੂੰ ਇਹ ਬਹੁਤ ਸਾਰਾ ਮੇਰਾ ਮੁੱਢ ਤੋਂ ਲੈ ਕੇ ਕੰਮ ਇਹ ਮੇਰਾ ਸਮਾਨ ਲਓ ਤਕਰੀਬਨ 2000 ਸਨ ਤੋਂ ਲੈ ਕੇ ਤਾਂ ਮੇਰੇ ਸਮਾਨ ਬਾਹਰ ਜਾ ਰਿਹਾ ਜ਼ਿਆਦਾ ਇਹ ਚਰਖਾ ਵੀ ਬਾਹਰ ਕਿਸੇ ਵੀਰ ਦਾ ਹੈਗਾ ਕੈਨੇਡਾ ਭੇਜਣ ਚਰਖਾ ਅਤੇ ਪੀੜਾ ਇਹ ਕੈਨੇਡਾ ਭੇਜਣਾ ਬਾਹਰ ਪਜਾਲੀਆਂ ਵੀ ਨਵੇਂ ਸਿਰੇ ਤੋਂ ਤਿਆਰ ਹਾਂ ਹਾਂਜੀ ਹਾਂਜੀ ਅੱਜ ਦੇ ਜਵਾਕਾਂ ਨੂੰ ਤਾਂ ਪਜਾਲੀ ਬਾਰੇ ਪਤਾ ਹੀ ਨਹੀਂ ਗਾ ਜਿਹੜਾ ਹਾਂਜੀ ਹਾਂਜੀ ਉਹ ਵੀ ਪੂਰੇ ਪਿੱਤਲ ਦੀ ਤਿਆਰ ਕੀਤੀ ਨਵੇਂ ਸਿਰੇ ਹਾਂਜੀ ਹਾਂਜੀ ਨਵੇਂ ਸਿਰੇ ਤੋਂ ਤਿਆਰ ਕੀਤੀ ਆ ਮਤਲਬ ਗੱਡਾ ਵੀ ਨਵੇਂ ਸਿਰੇ ਆ ਇਹ ਗੱਡਾ ਵੀ ਅਮਰੀਕਾ ਭੇਜਣਾ ਇਹ ਵੀ ਮੇਰਾ ਕੋਈ ਸੱਜਣਾ ਉੱਥੇ ਉਹਨਾਂ ਦੇ ਟਰਾਲੇ ਵਗੈਰਾ ਹੈਗੇ ਨੇ ਇੱਥੋਂ ਇੱਧਰ ਰਾਮਪੁਰੇ ਕੋਲ ਪਿੰਡ ਹੈ ਇਹਨਾਂ ਦਾ ਕੋਟਲਾ ਕੌੜਾ ਉੱਥੋਂ ਦੇ ਬਾਈ ਭੋਲਾ ਸਿੰਘ ਹੈ ਉਹਨਾਂ ਦਾ ਗੱਡਾ ਇਹ ਤਾਂ ਉਹਨਾਂ ਨੇ ਅਮਰੀਕਾ ਲੈ ਕੇ ਜਾਣਾ ਇਹ ਗੱਡਾ ਮਤਲਬ ਅਤੇ ਇਹ ਜਿਹੜੀ ਪੰਜਾਲੀ ਆ ਇਹ ਵੀ ਬਾਹਰ ਕੈਨੇਡਾ ਜਾਣੀ ਹੈ ਆ ਚਰਖਾ ਪੀੜਾ ਵੀ ਕੈਨੇਡਾ ਜਾਣਾ ਤਾਂ ਇਹ ਵਾ ਵੀ ਜਿਹੜਾ ਵੀ ਮੈਨੂੰ ਪਿਆਰ ਮਿਲਦਾ ਪਹਿਲਾਂ ਆਪਾਂ ਸਮਾਨ ਜਿਹੜਾ ਹੈਗਾ ਅਮਰੀਕਾ ਭੇਜਿਆ ਯੂਨੀਵਰਸਿਟੀ ਭੇਜਿਆ ਹੈਗਾ ਸਾਰਾ ਅਤੇ ਮੈਨੂੰ ਇਹ ਹੈ ਵੀ ਮੈਨੂੰ ਖੁਸ਼ੀ ਹੈ ਇਸ ਚੀਜ਼ ਦੀ ਵੀ ਜਿਹੜਾ ਕੋਈ ਮੇਰੇ ਕੰਮ ਨੂੰ ਕੋਈ ਮਾਣ ਦੇ ਰਿਹਾ ਮਤਲਬ ਇਸ ਚੀਜ਼ ਨੂੰ ਮਾਨਤਾ ਦੇ ਰਿਹਾ ਜਾਂ ਪਿਆਰ ਕਰਦੇ ਜਿਹੜੇ ਲੋਕ ਪਿਆਰ ਕਰਦੇ ਮੈਨੂੰ ਵੀ ਪਿਆਰ ਹੈ ਮੈਨੂੰ ਖੁਸ਼ੀ ਹੈ ਜੇ ਕੋਈ ਮੈਨੂੰ ਮੇਰੇ ਵਰਗਾ ਸੱਜਣ ਮਿਲਦਾ ਮੈਨੂੰ ਖੁਸ਼ੀ ਹੁੰਦੀ ਇਸ ਚੀਜ਼ ਦੀ ਇਹ ਤਾਂ ਹੈ ਜੀ ਬਿਲਕੁਲ ਇਹ ਤਾਂ ਕੋਈ ਸੁਭਾਗਾ ਸਮਾਂ ਮੈਂ ਇਹ ਗੱਲ ਕਹਿੰਦਾ ਸੀਗਾ ਅਤੇ ਮੈਨੂੰ ਇਸ ਚੀਜ਼ ਦਾ ਇਹ ਹੈ ਵੀ ਜਿਵੇਂ ਹੁਣ ਮੇਰਾ ਬੇਟਾ ਹੈ ਉਹ ਤਾਂ ਪ੍ਰੋਫੈਸਰ ਲੱਗ ਚੁੱਕਿਆ ਮਤਲਬ ਦੇਹਰਾਦੂਨ ਯੂਨੀਵਰਸਿਟੀ ਦੇ ਵਿੱਚ ਮੈਂ ਇੱਥੋਂ ਮਗਰੋਂ ਕੋਈ ਕੰਮ ਨੂੰ ਸੰਭਾਲਣ ਵਾਲਾ ਹੈ ਨਹੀਂ ਗਾ ਨਾ ਕੋਈ ਸਿੱਖਣ ਵਾਲਾ ਹੀ ਹੈ ਤਾਂ ਮੈਂ ਇਹ ਚੀਜ਼ ਚਾਹੁੰਦਾ ਵੀ ਚਲੋ ਠੀਕ ਹੈ ਦੁਨੀਆ ਦੇਖੂਗੀ ਮੈਂ ਤਾਂ ਪਤਾ ਨਹੀਂ ਬਹੁਤਾ ਟਾਈਮ ਕੰਮ ਕਰਾਂ ਨਾ ਕਰਾਂ ਕਿੰਨਾ ਟਾਈਮ ਜਿੰਨਾ ਚਿਰ ਸਰੀਰ ਇਜਾਜ਼ਤ ਦਿੰਦਾ ਮੈਂ ਕੰਮ ਕਰੂੰਗਾ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਉਹ ਚਲੋ ਜਿਹੜੇ ਮਾਡਲ ਹੈ ਜਾਂ ਯੂਨੀਵਰਸਿਟੀ ਨੇ ਇਹ ਉਪਰਾਲਾ ਕੀਤਾ ਇਹਨਾਂ ਚੀਜ਼ਾਂ ਮੇਰੀਆਂ ਕਲਾਕਿਰਤਾਂ ਨੂੰ ਸਾਂਭਣ ਦਾ ਤਾਂ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਚੀਜ਼ ਨੂੰ ਚਲੋ ਜਿਉਂਦਾ ਰੱਖਿਆ ਉਪਰਾਲਾ ਕਰਿਆ ਔਰ ਮੇਰੀਆਂ ਕਲਾਕਿਰਤਾਂ ਨੂੰ ਮਾਣ ਦਿੱਤਾ ਤਾਂ ਮੈਂ ਸਾਰਿਆਂ ਦਾ ਹੀ ਧੰਨਵਾਦੀ ਹੈ ਜਿਹੜੇ ਵੀ ਬੰਦੇ ਮੇਰੇ ਸੱਜਣ ਮੇਰੇ ਭਰਾ ਮੇਰੇ ਕੋਲ ਕੰਮ ਕਰਵਾਉਣ ਆਉਂਦੇ ਆ ਤਾਂ ਜਿਹੜੇ ਮੈਨੂੰ ਪਿਆਰ ਕਰਦੇ ਆ ਪਰ ਬੜੇ ਹੈਗੇ ਆ ਔਰ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਸੰਤੁਸ਼ਟ ਹੈ ਮੈਂ ਖੁਸ਼ ਹਾਂ ਆਪਦੀ ਜ਼ਿੰਦਗੀ ਦੇ ਵਿੱਚ ਚਾਹੇ ਮੇਰੇ ਕੋਲ ਵਾਹਿਗੁਰੂ ਨੇ ਬਹੁਤ ਕੁਛ ਦਿੱਤਾ ਮੈਨੂੰ ਬਥੇਰਾ ਆਪਦਾ ਜਿਹੜਾ ਹੈਗਾ ਉਹਦੇ ਘਰ ਗੁਜ਼ਾਰਾ ਆਪਦਾ ਵਧੀਆ ਚੱਲਦਾ ਬੱਚੇ ਸੁਖੀ ਆ ਬੱਚੇ ਪੜ੍ਹਾਈ ਲਿਖਾਏ ਆ ਤਾਂ ਆਪਦੀ ਜ਼ਿੰਦਗੀ ਦੇ ਵਿੱਚ ਆਪਾਂ ਠੀਕ ਹੈ।